ए आकाशवाणी जम्मू है बडला खबरों च तुंदा स्वागत है पहले मुख मुख खबरें करनी मैं विजय बजाज जम्मू कश्मीर च कल कोरोना वायरस दे 117 नवे मामले सामने आए न इस बीमारी करी कल दऊ जनदी मौत भी होई मुल्क पर अचे कोरोना वायरस थमा ग्रस्त लोक के दी गिनती 2 लाख कोला पार होई गई है लेफ्टिनेंट गवर्नर गिरीश चंद्र मुरमूरे शैक्षणिक गतिविधियां की परतिय पटरी पर आने ने आस्ते जम्मू यूनिवर्सिटी ते श्री माता वैष्णो देवी यूनिवर्सिटी ले तैयार रूपरेखा दा जायजा लेता ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ 트੍ਰੰਪੋ ਨੇ ਕੋਵਿਡ-19 ਦੇ ਮਗਰਾ ਬਨਾਰ ਦੇ ਹੱਤ ਬਾਰੇ ਟੈਲੀਫੋਨ ਪਰ ਚਰਚਾ ਕੀਤੀ 트੍ਰੰਪੋ ਨੇ ਇਸ ਬਰੇ ਮਗਰਜ ਨਹੀਂ ਹੋਣਿਆਲੇ ਜੀ7 ਸ਼ਿਖਰ ਸੰਮੇਲਨਾਸਤੇ ਮੋਦੀ ਹੋਰਿੰਗੇ ਸਾਦਾ ਦਿੱਤਾ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਰਿਪੋਰਟ ਦਾਵਲਾ ਦਿੰਦੀ ਹੋਈ ਭਾਰਤ ਨੇ ਇੱਕ ਬਰੀ ਪਿਆ ਕਿ ਜੇ ਪਾਕਿਸਤਾਨ ਅਜੇ ਵੀ ਅੰਤਰਰਾਸ਼ਟਰੀ ਆਤੰਕਵਾਦ ਦਾ ਮੁੱਖ ਕੇਂਦਰ ਬਣੇਦਾ ਹੈ ਖਬਰਿੰ ਦੀ ਤਫਸੀਲ ਕਰਨੇ ਸ਼੍ਰੋਤੀ ਖਜੂਰੀਆ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਜੇ ਨੋਵਲ ਕਰੋਨਾ ਵਾਇਰਸ ਦੇ ਕੱਲ 117 ਨਵੇਂ ਮਾਮਲੇ ਸਾਹਮਣੇ ਆਏ ਜਿੰਦੇ ਚ 40 ਜੰਮੂ ਖਿੱਤੇ ਥਮਾ ਤੇ 77 ਕਸ਼ਮੀਰ ਖਿੱਤੇ ਥਮਾ ਦਰਜ ਕੀਤੇ ਗਏ ਕੱਲ ਸਾਹਮਣੇ ਆਏ ਦੇ 117 ਨਵੇਂ ਮਾਮਲੇ ਦੇ ਕੰਨੇ ਗਏ ਕੋਵਿਡ-19 ਦੇ ਕੁੱਲ ਮਾਮਲੇ ਦੀ ਗਿਣਤਰੀ ਜੰਮੂ ਕਸ਼ਮੀਰ ਚ 2718 ਹੋ ਗਈ ਹੈ ਕੋਵਿਡ-19 ਕਰੀ ਦੋ ਲੋਕਾਂ ਦੀ ਕਸ਼ਮੀਰ ਖਿੱਤੇ ਚ ਮੌਤ ਵੀ ਹੋਈ ਹੈ ਸਤ ਹੋਰ ਕੋਵਿਡ-19 ਦੇ ਮਰੀਜ਼ਾਂ ਕੀ ਠੀਕ ਹੋਣੇ ਪ੍ਰੰਤ ਬਕਬਕ ਹਸਪਤਾਲੇ ਥਮਾ ਛੁੱਟੀ ਦੇ ਦਿੱਤੀ ਗਈ ਜਿੰਦੇ ਚ ਚਾਰ ਜੰਮੂ ਖਿੱਤੇ ਥਮਾ ਤੇ ਤਰੇ ਕਸ਼ਮੀਰ ਖਿੱਤੇ ਥਮਾ ਹੈ कुल दो हजार सत सौ अठारह मरीजों चा सतारां सौ बत्ती सक्रिय मामले न नौ सौ त्रुंजा लोग ठीक हो गए ते ते करी अपनी जान गवाई है जिंद चार जमू खिते थ नत्ती कश्मीर खिते थे तस्दीकशुदा दो हजार सत सौ अठारह मामले चा बार सौ बई लोग यात्रा करी चुके दे है सरकार ने एक बार फी की सलाह दी जरें च ते जिन्ना चिर बड़ा मता लाजमी नहीं होए घरें शा बहर नहीं जान ਮੁਲਕ ਪਰੇਜ ਕੋਵਿਡ-19 ਦੇ ਤਸਦੀਕशुदा ਮਾਮਲੇ ਦੀ ਗਿਣਤੀ 2 ਲੱਖ ਤੋਂ ਮਾਪਾਰ ਹੋਈ ਗਈ ਹੈ ਤੇ ਕਰੀਬਨ 1 ਲੱਖ ਲੋਕ ਪਿਛਲੇ 15 ਦਿਨਾਂ ਦੌਰਾਨ ਇਸ ਖਤਰਨਾਕ ਵਿਸ਼ਾਣੂ ਤੋਂ ਮਾ ਪ੍ਰਭਾਵਿਤ ਹੋਏ ਹਨ 5598 ਲੋਕਾਂ ਕੋਵਿਡ-19 ਕਰੀ ਆਪਣੀ ਜਾਨ ਗਵਾਈ ਹੈ ਸਿਹਤ ਪਰਿਵਾਰ ਕਲਿਆਣ ਮੰਤਰਾਲੇ ਦਾ ਗਲਾਨਾ ਹੈ ਜੇ ਮੁਲਕੇ ਚ ਇਸ ਵਾਇਰਸ ਥਾ ਮਾ ਠੀਕੋ ਨੇ ਵਾਲੇ ਲੋਕਾਂ ਦੀ ਦਰ 48.07% ਤੱਕ ਚੜਾਈ ਪੁੱਜੀ ਹੈ ਸੱਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਗਲਾਇਆ ਜੋ 95000 ਲੋਕ ਕੋਰੋਨਾ ਵਾਇਰਸ ਤੋਂ ਅਗ੍ਰਸਤੋ ਨੇ ਮਗਰਾ ਠੀਕ ਹੋਏਗੇਨ ਮੰਤਰਾਲੇ ਦਾ ਗਲਾਨਾ ਹੈ ਜੋ ਲੋਕਿੰਦੇ ਠੀਕੋ ਨੇ ਵਾਲੀ ਦਰ ਚ ਲਗਾਤਾਰ ਦਾਦਾਵਾ ਕਰਦਾ ਹੈ ਲਾਕਡਾਉਨ ਦੇ ਪਹਿਲੇ ਗੇਟ ਚ ਠੀਕੋ ਨੇ ਦੀ ਦਰ 11.42 ਫੀਸਦ ਹੀ ਦੂਏ ਗੇਟ ਚ ਦਰ 22 ਫੀਸਦ ਤੱਕ ਅਜਾਈਪੂਜੀ ਲਾਕਡਾਉਨ ਦੇ ਤ੍ਰੀਏ ਗੇਟ ਚ ਜਿਹੜਾ 18 ਮਈ ਕੀ ਮੁੱਕਾ ਅਧੂਏ ਦਰ 38.29 ਫੀਸਦ ਹੀ नमी दिल्ली च कल मीडिया आलों को संबोधित करते सेहत मंत्रालय ने प्रवक्ता जो जो ने गलाया गला कोरोना वायरस सवा प्रभावित लोगों की गिनी बाय पर होरने दुए मुल्खे मुकाबले इथे मामले घट न इस वायरस करी मरने आकें गतरी भी अजेंश है उपराज्यपाल गिरीश चंद्र मुर्मू जम्मू यूनिवर्सिटी युनिवर्सिटी श्री माता वैष्णो देवी यूनिवर्सिटी ची लॉकडाउन मगर शिक्षा सबंधी गतिविधियों कीतिय शुरू करने बारे खाक का जायजा लगे वीडियो कॉफ्रेंसिंग रााए लाई इस बैठक च उपराज्यपालों उपकुलपतियों यूनिवर्सिटी च लॉकडाउन दी तैयारियां ते शैक्षणिक गतिविधियों की परिये शुरू करने मर्थी प्रक्रिया वगैरह बारे व्यापक योजना बारे जोर पाया एलावा उ युनिवर्सिटी के म्तेहान करोने सरिस्त की परिये चुस्त दुरुस्त करने लिए आख्या ऑनलाइन कलस ढांचागत सुविधाएं का दर्जा बदाने बारे भी उन्होंने आख्या कि पूरी दुनिया ई लर्निंग पर ध्यान केंद्रित केन्द्रित कर ਉਪ ਰਾਜਪਾਲੋ ਨੇ ਯੂਨੀਵਰਸਿਟੀ પરિਸਰ ਦੀ ਪੂਰੀ ਚਾਲੀ ਸਾਫ ਸਫਾਈ ਤੇ ਉਸੇ ਸੈਨੀਟਾਈਜ਼ ਕਰਨ ਲਈ ਹਦਾਇਤਾਂ ਦਿੱਤੀਆਂ ਉਪ ਕੁਲਪਤੀ ਉਪ ਰਾਜਪਾਲੋ ਨੇ ਕੀ ਜਾਣਕਾਰੀ ਦਿੱਤੀ ਜੇ ਮਨੁੱਖੀ ਸਾਧਨ ਵਸੀਲੇ ਦੇ ਵਿਕਾਸ ਸਰਬੰਦੀ ਮੰਤਰਾਲੇ ਦੀ ਹਦਾਇਤੇ ਮੁਤਾਬਕ ਪੁਰਾਣੇ ਵਿਦਿਆਰਥੀ ਦਾ ਸਤਰ 1 ਅਗਸਤ ਤੋਂ ਮਾਪੜਤੀ ਸ਼ੁਰੂ ਹੋਇਆ ਜਦ ਤੇ ਨਵੇਂ ਆਏ ਦੇ ਵਿਦਿਆਰਥੀ ਦਾ ਸਤਰ 1 ਸਤੰਬਰ ਤੋਂ ਸ਼ੁਰੂ ਹੋਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਕੱਲ ਅਮਰੀਕਾ ਦੇ ਰਾਸ਼ਪਤੀ ਡੋਨਾਲਡ ਟਰੰਪ ਉੰਦੇ ਕਨੇ ਟੈਲੀਫੋਨ ਪਰ ਗੱਲਬਾਤ ਕੀਤੀ ਇਸ ਮੌਕੇ ਉਨੇ ਅਮਰੀਕਾ ਦੀ ਪ੍ਰਧਾਨਤਾ ਚੋਣੇ ਵਾਲੇ ਜੀ7 ਸ਼ਿਖਰ ਸੰਮੇਲਨ ਕੋਵਿਡ-19 ਮਹਾਮਾਰੀ ਤੇ ਹੋਰ ਨੇ ਵੀ ਕਈ ਮਹੱਤਵਪੂਰਨ ਮਾਮਲੇ ਪਰ ਆਪੋਚ ਗੱਲਬਾਤ ਕੀਤੀ ਕੱਲੋਈ ਦੀਸ ਗੱਲਬਾਤ ਦੌਰਾਨ ਰਾਸ਼ਪਤੀ ਟਰੰਪੋ ਨੇ ਭਾਰਤ ਗੀ ਜੀ7 ਮੁੱਲਖੇ ਦੇ ਇਸ ਗਰੁੱਪ ਦੇ ਦਾਇਰੇ ਇਟ ਅਨਨੇ ਦੀ ਇੱਛਾ ਜ਼ਾਹਿਰ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰਿੰਗੀ ਅਮਰੀਕਾ ਚੋਣੇ ਵਾਲੇ ਅਗਲੇ ਜੀ7 ਸ਼ਿਖਰ ਸੰਮੇਲਨ ਚ ਸਲਾਣੇ ਦਾ ਸਾਦਾਬੀ ਦਿੱਤਾ ਪ੍ਰਧਾਨ ਮੰਤਰੀ ਮੋਦੀ ਹੋਰੇ ਇਸ ਦੂਰਦਰਸ਼ੀ ਸੋਚ ਲਈ ਟਰੰਪ ਹੁੰਦੀ ਸਰਾਹਨਾ ਕੀਤੀ ਤੇ ਆਖਿਆ ਜੇ ਉਹਨੇ ਕੀ ਇਸ ਪ੍ਰਸਤਾਵਿਤ ਸਿਖਰ ਸੰਮੇਲਨ ਕੀ ਮਤਾ ਕਾਮਯਾਬ ਬਣਾਣ ਲਈ ਅਮਰੀਕਾ ਤੇ ਉਹਨੇ ਮੁਲਕਾਂ ਕੰਨ ਰਲੀਏ ਕੰਮ ਕਰਨ ਵਿੱਚ ਖੁਸ਼ੀ ਹੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਕਰੋਨਾ ਮਹਾਮਾਰੀ ਨੇ ਮੁਲਕ ਦੀ ਅਰਥ ਵਿਵਸਥਾ ਦੀ ਰਫਤਾਰ ਕੀ ਬੇਸ਼ੱਕ ਘਟ ਕੀਤਾ ਪਰ ਭਾਰਤ ਵਿਕਾਸ ਵਾਲੀ ਬੱਤ ਪਰ ਪਰਤੀਏ ਵਾਪਸ ਆਉਗਾ ਉਨੇਗਲਾਏ ਜੋ ਭਾਰਤ ਪ੍ਰਾਇੋਜਨ ਸਮਾਯੋਜਨ ਨਿਵੇਸ਼ ਟਾਂਚਗਤ ਨਮੀਏ ਕਾ ਡੇ ਰਾਇ ਵਿਕਾਸ ਦੀ ਵੱਤ ਉਪਰ ਅੱਗੇ ਬਧੋ ਅਤੇ ਆਤਮ ਨਿਰਭਰ ਅਲੇ ਲਕਸ਼ਯ ਕੀ ਅਸਲ ਕਰੋਗ ਪਾਰਤੀ ਉਦਯੋਗ ਪਰ ਸੰਗ ਦੇ ਸਾਲਾਨਾ ਸਤਰ ਕੀ ਵੀਡੀਓ ਕਾਨਫਰੰਸ ਲੈ ਸੰਬੋਧਿਤ ਕਰਦੇ ਉਨੇ ਵਿਕਾਸ ਦੀ ਵੱਤ ਪਰ ਵਾਪਸ ਆਉਣੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਗਲਾਇਆ ਜ ਮੁਲਕ ਦੀ ਅਰਥ ਵਿਵਸਥਾ ਕੀ ਪਰਤੀਆਂ ਪਟਰੀ ਉਪਰ ਆਨਣਾ ਉੰਦੀ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ ਚੈਕ ਉਨੇਗਲਾਏ ਜੋ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 74 ਕਰੋੜ ਲਾਭਾਰਥੀਆਂ ਦੀ ਅੰਨਦਾਣੇ ਤੇ 8 ਕਰੋੜ ਪ੍ਰਵਾਸੀ ਮਜ਼ਦੂਰਾਂ ਦੀ ਮੁਫਤ ਰਾਸ਼ਨ ਦਾ ਲਾਠ ਹੋਇਆ ਹੈ। ਪ੍ਰਧਾਨ ਮੰਤਰੀਓ ਨੇਗਲਾਏ 8 ਕਰੋੜ ਤੋਂ ਮੰਮਤੇ ਰਸੋਈ ਗੈਸ ਦੇ ਸਿਲੰਡਰ ਕਰੇ ਤੱਕਰ ਪਜਾਇਏ ਗਏ ਤੇ 50 ਲੱਖ ਕਰਮਚਾਰੀਆਂ ਦੀ ਕਰਮਚਾਰੀ ਪਵਿੱਖ ਨਿਧੀ ਦਾ 24% ਸਰਕਾਰ ਨੇ ਉਪਲਬਧ ਕਰਵਾਇਆ ਹੈ। ਪ੍ਰਧਾਨ ਮੰਤਰੀਓ ਨੇ ਆਖਿਆ ਜੇ ਕੋਰੋਨਾ ਮਹਾਮਾਰੀ ਆਲੇ ਆਜ ਦੇ ਦੌਰ ਚ ਭਾਰਸੂਆ ਦੁਨੀਆ ਦੀਆਂ ਆਸਾਂ ਮੇਦਮ ਵਧੀਆਂ ਨੇ। ਉਨੇਗਲਾਏ ਜੋ ਦੁਨੀਆ ਪਰੋ ਸਿਮਨ ਤੇ ਵਿਸ਼ਵਾਸ ਕਰਨੇ ਜੋਕ ਸਾਂਝੇਦਾਰ ਦੀ तलाश करा दी है भारत च इस क्षमता शक्ति योग्यता है उद्योगपतियों मुल्ख में लोगों की ओ इस मौसमें एक मौके आला लेखा लैन तो दुनिया भरोसेमंद मुल् तौर पर है सामने आन बिजली की बंड संबंधी जम्मू पावर डिस्ट्रीब्यूशन कॉरपोरेन लिमिटेड दिया मैनेजिंग डायरेक्टर यशा मुदगुल और कल एक मीटिंग लाइए राजस्व की गुराई केन्द्र आसार प्रायोजित स्कमें प्रोजेक्ट तहत हासिल प्रगति कॉरपोरेने सबंधित होने मामलों की स्थिति का जैसा लगता। बिजली की सप्लाई ते तंड संबंधी नेटवर्क हो तगड़ा बनाने मकसद करने के मकसद कने केंद्र सरकार पासे चलाई जा स् च और तेजी होजी आने तौर तरीके पर इस मौके तफसीली चर्चा की गई कीषा मुदगुल ने सीनियर एहलकें पर जोर पाया जो राजस्व की गुराई के च बेहतरी ले तय समय के अंदर अंदर एक रूपरेखा तैयार करें सबंधित एलकारें पर इस गल्ला ले भी जोर पाया जे इल्ले चलाए जा सब्नेौजेक्टें बेले सिर सबूरा करने के मुमकिन जतन किये जान ਇਹ ਖਬਰਾਂ ਤੁਸ ਆਕਾਸ਼ਵਾਨੀ ਜੰਮੂਪੁਰਾ ਸੁਨਾਰ ਦਿਓ ਤੇ ਹੁਣ ਬਾਕੀ ਦੀਆਂ ਖਬਰਾਂ ਕਨੇ ਵਿਜੇ Bajaj ਭਾਰਤ ਨੇ ਆਖਿਆ ਜਿਸ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਆਲਿਆ ਰਿਪੋਰਟ ਨੇ ਭਾਰਤ ਦੇ ਇਸ ਦਾਅਵੇ ਦੀ ਤੀ ਤਸਦੀਕ ਕਰ ਦਿੱਤੀ ਹੈ ਜੇ ਪਾਕਿਸਤਾਨ ਅਜੇ ਵੀ ਅੰਤਰਰਾਸ਼ਟਰੀ ਆਤੰਕਵਾਦ ਦਾ ਇੱਕ ਮੁੱਖ ਕੇਂਦਰ ਬਣੇਦਾ ਹੈ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਅਨੁਰਾਗ ਸ਼੍ਰੀਵਾਸਤਵੋ ਨੇ ਮੀਡੀਆ ਦੇ ਸਵਾਲਿੰਦਾ ਪਰਤਾ ਦਿੰਦੀ ਹੋਈ ਇਹ ਗੱਲ ਆਖੀ ਉਨੇ ਕੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਓਕੜੀ ਰਿਪੋਰਟ ਦੇ ਬਾਰੇ ਵਿੱਚ ਪੁੱਛਿਆ ਗਿਆ ਹੈ ਜਿਦੇ ਚ ਓਕੜੇ ਲੋਕਾਂ ਤੇ ਸੰਗਠਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੇ ਅਫਗਾਨਿਸਤਾਨ ਦੀ ਸੁਰੱਖਿਆ ਤੇਰਮਾਨਦਾਰੀ ਲਈ ਅਜੇ ਵੀ ਵੱਡਾ ਖਤਰਾ ਬਣੇ ਤਿਨੇ। संयुक्त राष्ट्रपर्शया कोशिशित किते किते आतंकवादी संगठन जियां लश्कर-ए-तैयबा ते जैश-ए-मोहम्मद अजे भी पाकिस्तान दी तरत पर सक्रिय न ते ओ अफगानिस्तान च आतंकवादी गी सिखलाई ते सहायता उपलब्ध करवा दे न श्रीवास्तव और यहां कह जे पाकिस्तान अपनी सु्वचनबद्धता की पूरा करने च नाकाम साबित हुआ है जिते चुन्ने आलमी बिरादरी गी एक यकीन दवाय है जे ओ अपनी तरत पर आतंकवादी गुटें गी सक्रिय नहीं रहोंदेग ਜੰਮੂ ਕਸ਼ਮੀਰ ਚ ਕਰੇ ਲੁਡਵਾਰੀਆਂ ਦੇ ਸ਼ੁਰੂ ਹੋਣੇ ਦੇ ਕੱਲ 9ਵੇਂ ਦਿਨ ਜੰਮੂ ਤੇ ਸ਼ਿਨਗਰਗਰ ਵਾਈ ਹੱਡੇ ਪਰ ਬੀ ਡਵਾਰੀਆਂ 1818 ਯਾਤਰੀਆਂ ਕੇ ਲਈਏ ਪੁੱਜੀਆਂ ਇੰਦੇ ਚ ਇੱਕ ਅੰਤਰਰਾਸ਼ਟਰੀ ਡਵਾਰੀ ਵੀ ਸ਼ਾਮਲ ਹੀ ਜਿਦੇ ਚ 157 ਯਾਤਰੀ ਸਵਾਰ ਹੈ ਅਵਾਈ ਹੱਡੇ ਪਰ ਪੁੱਜਨੇ ਮਗਰ ਸਭ ਨੇ ਯਾਤਰੀਆਂ ਦੀ ਕੋਵਿਡ-19 ਸਰਬੰਧੀ ਜਾਂਚ ਕੀਤੀ ਗਈ ਤੇ ਸਭ ਨੇ ਏhtਿਆਤੀ ਉਪਾਏ ਦੀ ਪਾਲਣਾ ਕਰਦੀ ਹੋਈ ਸਭ ਨੇ ਕੀ ਉਨ ਦਿਨ ਨਿਰਧਾਰਿਤ ਥਾਰੀਆਂ ਆਸਤੇ ਭੇਜ ਦਿੱਤਾ ਗਿਆ ਉਧਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਿਹੜੇ ਲੋਕ ਜੰਮੂ ਕਸ਼ਮੀਰ ਚ ਫਸੇ ਗਏ ਦਿਨ ਉਹਨੇ ਕੀ ਵਾਪਸ ਹੁੰਦੇ ਸਰਬੰਧਿਤ ਰਾਜਾਂ ਤੱਕ ਰਭਜਾਣੇ ਦਾ ਕੰਮ ਚਾਰੀ ਹੈ ਕੱਲ ਕਟਰਾ ਥਮਾ ਦੋ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ 3537 ਪ੍ਰਵਾਸੀ ਮਜ਼ੂਰਾਂ ਲਈ ਹੈ ਛਤੀਸਗੜ੍ਹ ਲਈ ਰਵਾਨਾ ਹੋਈਆਂ ਅਜੇ ਤੱਕ 19 ਮਈ 2020 ਥਮਾ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਤੇ ਰਾਏ ਕੁੱਲ 3537 ਪ੍ਰਵਾਸੀ ਮਜ਼ੂਰਾਂ ਕੀ ਉਂਦੇ ਸਰਬੰਧਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਭੇਜੀ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਸਰਕਾਰ ਨੇ ਕੋਵਿਡ-19 ਕਰੀ ਲਾਇਏ ਦੇ ਲਾਕਡਾਊਨ ਦੇ ਕਾਰਨ ਦੇਸ਼ ਦੇ ਬਾਕੀ-ਬਾਕੀ ਹਿੱਸੇ 'ਚ ਫਸੇ ਦੇ ਜੰਮੂ ਕਸ਼ਮੀਰ ਦੇ ਤਕਰੀਬਨ 1 ਲੱਖ 6102 ਬਸ ਨਿਕੰਗੀਆਂ ਕੀ ਅਜਿੰਦਕਰ ਲਖਨਪੁਰ ਵਾਲੇ ਛੜਕਰਸਤੀਆ ਤੇ ਵਿਸ਼ੇਸ਼ ਰੇਲ ਗੱਡੀਆਂ ਤੇ ਰਾਹ ਵਾਪਸ ਆਨ ਹੀ ਦਿੱਤੇ ਧਾਏ ਇਨੇ ਬਸ ਨਿਕੰਗੀਆਂ ਕੀ ਵਾਪਸ ਆਨ ਦੇ ਬਿਲਾ ਸਭ ਨੇ ਦਿਸ਼ਾ ਨਿਰਦੇਸ਼ਾਂ ਤੇ ਮਾਨਕ ਸੰਚਾਲਨ ਸਰਬੰਧੀ ਪ੍ਰਕਿਰਿਆਵਾਂ ਦਾ ਪੂਰਾ-ਪੂਰਾ ਪਾਲਨ ਯਕੀਨੀ ਬਣਾਇਆ ਗਿਆ ਹੈ बख राज्यों सव चाली विशेष ट्रेन जम्मू तगर उधमपुर रेलवे स्टेशन पर आई चुकींत जंते रेंए तकरीबन कत्तीस हजार सत सौ छियासी ला सुरक्षित जम्मू कश्मीर जा चुके इस चालीन अजें तकर लखनपुरे सरकार ने तकरीबन चुहत्तर हजार तौ सोलह लोग वापस जम्मू दे डिप्टी कमिश्नर सुषमा चौहान और सूचना प्रौद्योगिकी पर आधारित समाधान सने मोबाइल एप्लीकेशन की शुरुआत की है तेजे जम्मू रेलवे स्टेशन पुजने सबने सब्नेत्रुएं का पूरा रिकॉर्ड रखा रिकार्ड रखे ਇਸ ਯੂਨਗਲੈਂਡ ਦੇ ਜਮੂ ਰੇਲਵੇ ਸਟੇਸ਼ਨ ਪਰ ਨਿਯੰਤਰਣ ਕਕਸ਼ ਕਾਇਮ ਕੀਤਾ ਗਿਆ ਹੈ ਜਿੱਥੇ ਮੋਬਾਈਲ ਐਪ ਰਾਹੀਂ ਕਿੱਥੇ ਕੀਤੇ ਗਏ ਅੰਕੜੇ 'ਤੇ ਨਿਗਰਾਨੀ ਰੇਲਵੇ ਸਟੇਸ਼ਨ ਪਰ ਕੰਨੋਕੰਨੀ ਰੱਖੀ ਜਾ ਸਕਦੀ ਹੈ ਇਸ ਚਾਲੀ ਲੋਕਾਂ ਕੀ ਹੁੰਦੇ ਕੋਵਿਡ-19 ਦੇ ਨਮੂਨੇ ਦੀ ਜਾਂਚ ਬਾਰੇ ਦੱਸਣੇ ਹਾਸਤੇ ਐਸਐਮਐਸ ਸੇਵਾ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ ਸਰਬੰਧਿਤ ਵਿਅਕਤੀ ਕੀ ਐਸਐਮਐਸ 'ਤੇ ਜਿਆਜਰ ਦੇ ਜਿਤਰੇ ਇਸ ਸ੍ਰਿਸਤੇ ਕੀ ਔਰ ਚੁਸਤ ਦਰੁਸਤ ਤੇ ਸੁਚਾਰੂ ਬਣਾਇਆ ਜਾਂਦਾ ਹੈ ਉਹਨੇ ਗਲਾਇਆ ਜੇ ਸਰਿਸਤਾ ਬੜਾ ਮਤਾ ਲਾਭਕਾਰੀ ਸਾਬਤ ਹੋ ਰਿਹਾ ਹੈ ਕਿ ਜੇ ਜਿੰਨਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਹਤ ਮਹਿਕਮੇ ਪਾਸੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਲਗਾ ਜ਼ਿਲ੍ਹਾ ਪ੍ਰਸ਼ਾਸਨ ਉਹ ਜਾਣਕਾਰੀ ਐਸਐਮਐਸ ਦੇ ਰਾਹੀਂ ਸਰਬੰਧਤ ਵਿਅਕਤੀ ਕੀ ਭੇਜ ਦਿੰਦਾ ਹੈ ਡੀਸੀ ਹੋਰੇ ਡੀਆਈਓ ਐਨਆਈਸੀ ਜੰਮੂ ਦੇ ਇਸ ਸਰਿਸਤੇ ਦਾ ਖਾਕਾ ਤਿਆਰ ਕਰਨੇ ਇਸੇ ਵਿਕਸਿਤ ਕਰਨੇ ਤੇ ਉਹਦੀ ਅਮਲਾਵਰੀ ਲਈ ਕੀਤੇ ਗਏ ਜਤਨੇ ਦੀ ਸਰਾਹਨਾ ਕੀਤੀ ਹੈ ਕਿਸ਼ਤਵਾਰ ਦੇ ਜ਼ਿਲ੍ਹਾ ਵਿਕਾਸ ਸਹਾਇਕ ਤਰਜਿੰਦਰ ਸਿੰਘ ਤਾਰਾ ਹੋਰੇ ਕੱਲ ਜ਼ਿਲ੍ਹੇ ਚ ਜਲ ਜੀਵਨ ਮਿਸ਼ਨ ਪ੍ਰੋਜੈਕਟ ਤਹਿਤ ਬਕਾਇਆ ਪੇਦੇ ਕੰਮ ਤੇ ਬੈਕ ਟੂ ਵਿਲੇਜ ਤਹਿਤ ਕੀਤੇ ਗਏ ਕੰਮੇ ਦੀ ਸਥਿਤੀ ਦਾ ਜਾਇਜ਼ਾ ਲੈਂਦਾ ਜ਼ਿਲ੍ਹਾ ਵਿਕਾਸ ਸਹਾਇਕ ਤੋਰੇ ਮਹਤਵਕਾਂਕਸ਼ੀ ਨਗਰ ਪ੍ਰਯੋਜਨਾ ਦਾ ਜਾਇਜ਼ਾ ਲੈਂਦਾ ਤੇ ਦੇ ਇਲਾਵਾ ਠਾਕਰੀ ਦਰਭਸ਼ਾਲਾ ਤੇ ਤ੍ਰੇਗਾਮ ਬਲਾਕ ਚ ਜਲ ਜੀਵਨ ਮਿਸ਼ਨ ਦੀ ਅਮਲਾਵਰੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਡੀਡੀਸੀ ਹੋਰੇngੀ ਜਲ ਜੀਵਨ ਮਿਸ਼ਨ ਦੇ ਕੰਮੇ ਦੇ ਬਖ ਬਖ ਪਹਿਲੂਆਂ ਤੇ ਬਕਾਇਆ ਪੇਦੇ ਕੰਮੇ ਬਾਰੇ ਜਾਣਕਾਰੀ ਦਿੱਤੀ ਗਈ ਇਹ ਕੰਮ ਲੰਮੇ ਚਿਰੇ ਤੋਂ ਬਕਾਇਆ ਪੇ ਰਹ ਜ਼ਿਲ੍ਹਾ ਵਿਕਾਸ ਸੈਕਟੋਰਿੰ ਸਰਬੰਧਤ ਮੈਕਮੇਂਗੀ ਦਾਇਤ ਤੰਦਿਤਿਆਨ ਜਿਓ ਬੈਕ ਟੂ ਵਿਲੇਜ ਤਹਿਤ ਕੰਮੇਂਗੀ ਪੂਰਾ ਕਰਨ ਤੇ ਡਚਨ ਮੜਵਾ ਤੇ ਵਾਰਵਨ ਇਲਾਕੇ ਦੇ ਕੰਮੇਂਗੀ ਤਰਜੀਹ ਦੇਣ ਕਿਉਂਕਿ ਇਨੇ ਇਲਾਕਿਆਂ ਚ ਬਰਫ਼ ਪਈ ਜਾਂਦੀ ਹੈ ਤੇ ਉੱਥੇ ਕੰਮ ਕਰਨੇ ਦਾ ਸਮਾਂ ਬੜਾ ਘੱਟ ਮਿਲਦਾ ਹੈ। ਇਹਦੇ ਕੰਨੇ ਗਿਆ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਇਆ।